ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਹੁਣੇ-ਹੁਣੇ ਜਿਹੜੀ ਇੱਕ ਅਪਡੇਟ ਆਈ ਹੈ ਸਿੱਖਿਆ ਮੰਤਰੀ ਨੇ ਜਿਹੜਾ ਹੈ ਟਵੀਟ ਕਰਕੇ ਜਿਹੜਾ ਹੈ ਸਾਰਿਆਂ ਦੇ ਨਾਲ ਆਪਣਾ ਜਿਹੜਾ ਟਵੀਟ ਸਾਂਝਾ ਕੀਤਾ ਹੈ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਪੀਐਸਟੈਟ ਦਾ ਜਿਹੜਾ ਐਗਜ਼ਾਮ ਹੋਇਆ ਸੀਗਾ ਜੀ ਠੀਕ ਹੈ ਜੀ ਸੋ ਉਹਦੇ ਵਿੱਚ ਕਈ ਪ੍ਰੋਬਲਮਸ ਸੀਗੀਆਂ ਜੀ ਕਈ ਕਹ ਰਹੇ ਸੀਗੇ ਕਿ ਪੇਪਰ ਜਿਹੜਾ ਲੀਕ ਹੋ ਗਿਆ ਸੀਗਾ ਠੀਕ ਹੈ ਕਿ ਪੇਪਰ ਦੇ ਦੌਰਾਨ ਹੀ ਪੇਪਰ ਮਤਲਬ ਚੱਲ ਰਿਹਾ ਸੀਗਾ ਤੇ ਕਈਆਂ ਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਤਾਂ ਪੇਪਰ ਵੀ ਕੈਨਸਲ ਹੋ ਜਾਣਾ ਤੇ ਪਰ ਇਹਦਾ ਜਿਹੜਾ ਨੁਕਸਾਨ ਹੈ ਸਾਰਿਆਂ ਨੂੰ ਜਿਹੜਾ ਹੋਇਆ ਹੈ ਠੀਕ ਹੈ ਜੀ ਕਈਆਂ ਨੇ ਇੰਨੇ ਟਾਈਮ ਤਿਆਰੀ ਕਰ ਰਹੇ ਸੀਗੇ ਸੋ ਉਸ ਰਿਗਾਰਡਿੰਗ ਮਤਲਬ ਕੱਲ 5 ਵਜੇ ਤੋਂ ਬਾਅਦ ਅਗਰ ਅਸੀਂ ਦੇਖਿਆ ਜਾਵੇ ਤੇ ਸੋ ਘੱਟੋ ਘੱਟ ਵੀ 19-20 ਘੰਟੇ ਬਾਅਦ ਜਿਹੜਾ ਹੈ ਜਿਹੜਾ ਸਿੱਖਿਆ ਮੰਤਰੀ ਵੱਲੋਂ ਜਿਹੜਾ ਟਵੀਟ ਉਹਨਾਂ ਨੇ ਕੀਤਾ ਹੈ ਸੋ ਟਵੀਟ ਕੀ ਕੀਤਾ ਹੈ ਆਪਾਂ ਉਹ ਦੇਖਦੇ ਹਾਂ ਸੋ ਟੀਵੀ ਟਵੀਟ ਚ ਤੁਸੀਂ ਦੇਖ ਸਕਦੇ ਆ ਜੀ ਉਹਨਾਂ ਨੇ ਸਿੰਪਲ ਜਿਹੜਾ ਸਿੱਧੇ ਸਾਫ਼ ਅੱਖਰਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਟੂ ਮੇਨਟੇਨ ਕੰਪਲੀਟ ਫੇਅਰਨੈਸ ਇਨ आवर ਐਗਜ਼ਾਮੀਨੇਸ਼ਨ ਪ੍ਰੋਸੈਸ ਅ ਪੀਐਸ ਲੈਵਲ ਪ੍ਰੋਬ ਹੈਜ਼ ਬੀਨ ਆਰਡਰ ਟੂ ਲੁੱਕ ਇਨ ਪੀਐਸਟ ਐਗਜ਼ਾਮ ਕੰਡਕਟਿਡ ਬਾਏ ਥਰਡ ਪਾਰਟੀ ਵਿਦ A++ ਨੈਕ ਗ੍ਰੇਡ ਜੀਐਨਯੂ ਠੀਕ ਹੈ ਜੀ ਅਕਾਉਂਟੇਬਿਲਟੀ ਵਿਲ ਬੀ ਫਿਕਸਡ ਐਂਡ ਦੋਸ ਫਾਊਂਡ ਗਿਲਟੀ ਵਿਲ ਬੀ ਬੁਕਡ ਫਾਰ ਕ੍ਰਿਮੀਨਲ negligence ਠੀਕ ਹੈ ਜੀ ਸੋ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਮਤਲਬ ਇਹ ਅਨਗੇਲੀ ਜਿਹੜੀ ਹੋਈ ਹੈ ਤੇ ਮਤਲਬ ਤੇ ਉਹਦੇ ਜਿਹੜੇ ਵਿਰੁੱਧ ਹੈ ਜਿਹੜੇ ਜਦੋਂ ਪਤਾ ਲੱਗ ਗਿਆ ਕਿ ਕਿਨਾਂ ਦੁਆਰਾ ਹੋਈ ਹੈ ਤੇ ਉਹਨਾਂ ਤੇ ਜਿਹੜਾ ਹੈ ਬਿਲਕੁਲ ਉਹਨਾਂ ਤੇ ਜਿਹੜਾ ਕੋਈ ਐਕਸ਼ਨ ਲਿਆ ਜਾਵੇਗਾ ਠੀਕ ਹੈ ਜੀ ਫਿਰ ਉਹਨਾਂ ਨੇ ਲਾਸਟ ਦੇ ਵਿੱਚ ਉਹਨਾਂ ਨੇ ਦੁਬਾਰਾ ਇੱਕ ਟਵੀਟ ਦੇ ਵਿੱਚ ਕਿਹਾ ਕਿ GNO has retracted ਮਤਲਬ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ will be reconduct the exam without fees ਸੋ ਵਿਦਆਊਟ ਫੀਸ ਜਿਹੜਾ ਹੈ ਹੁਣ ਦੁਬਾਰਾ ਤੋਂ ਜਿਹੜਾ ਇਹ ਰੀਕੰਡਕਟ ਹੋਵੇਗਾ ਇਨ ਫਰਦਰ ਇਨ ਫਿਊਚਰ ਹੈਵ ਆਰਡਰਡ ਮਾਈ ਡਿਪਾਰਟਮੈਂਟ ਟੂ ਹੈਵ ਅ ਸੂਟੇਬਲ ਕਲੌਜ਼ ਫਾਰ ਕੰਪਨਸੇਸ਼ਨ ਇਨ ਐਮਓਯੂ ਸਾਈਨਡ ਵਿਦ ਥਰਡ ਪਾਰਟੀ ਫਾਰ ਦਾ ਕੰਪਨਸੇਸ਼ਨ ਆਫ ਕੈਂਡੀਡੇਟ ਇਨ ਸੱਚ ਅ ਸਿਨੈਰੀਓ ਵਾਈ ਸ਼ੁੱਡ ਕੈਂਡੀਡੇਟ ਸਫਰ ਜਿਹੜੇ ਸਟੂਡੈਂਟ ਆ ਕੈਂਡੀਡੇਟਸ ਆ ਉਹ ਕਿਉਂ ਸਫਰ ਹੋਣ ਸੋ ਇਸ ਤੋਂ ਤਾਂ ਸਾਫ਼ ਹੀ ਪਤਾ ਲੱਗ ਰਿਹਾ ਹੈ ਜੀ ਜਿਹੜਾ ਐਗਜ਼ਾਮ ਹੈ ਜਿਹੜਾ ਦੁਬਾਰਾ ਕੰਡਕਟ ਹੋਵੇਗਾ ਤੇ ਉਹਦੇ ਰਿਗਾਰਡਿੰਗ ਜਿਹੜੀ ਇਹ ਨੋਟੀਫਿਕੇਸ਼ਨ ਹੈ ਉਹ ਦੁਬਾਰਾ ਜਲਦੀ ਹੀ ਇਹ ਅਪਲੋਡ ਕਰਨਗੇ ਤੇ ਪਰ ਆਪਾਂ ਇੱਥੇ ਇੱਕ ਗੱਲ ਇਹ ਜ਼ਰੂਰ ਕਰਾਂਗੇ ਕਿ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ ਸੋ ਅਸੀਂ ਹੁਣ ਕੀ ਕੀਤਾ ਜਾਵੇ ਹੁਣ ਸਟੂਡੈਂਟ ਜਿਹੜੇ ਉਹ ਕੀ ਕਰਨ ਕਈਆਂ ਦਾ ਪੇਪਰ ਬਹੁਤ ਵਧੀਆ ਹੋਇਆ ਸੀ ਕਈ ਕਹ ਰਹੇ ਨਹੀਂ ਵਧੀਆ ਹੋਇਆ ਸੀ ਕਈਆਂ ਲਈ ਖੁਸ਼ੀ ਦੀ ਖਬਰ ਹੈ ਪਰ ਕਈ ਜਿਹੜੇ ਉਦਾਸ ਵੀ ਨੇ ਕਿਉਂਕਿ ਕਈਆਂ ਦਾ ਜਿਹੜਾ ਪੇਪਰ ਹੈ ਉਹ ਵਧੀਆ ਹੋਇਆ ਹੈ ਸੋ ਆਪਾਂ ਹੁਣ ਇਹ ਹੀ ਕਰ ਸਕਦੇ ਆ ਕਿ ਪੇਪਰ ਹੁਣ ਨੋਟੀਫਿਕੇਸ਼ਨ ਪਤਾ ਨਹੀਂ ਕਾਦਾਂ ਆਵੇ ਮਹੀਨੇ ਚ ਆਵੇ 2 ਮਹੀਨੇ ਚ ਆਵੇ ਕਿਉਂਕਿ ਟਾਈਮ ਮੇਰੇ ਅਕੋਰਡਿੰਗ ਲੱਗੇਗਾ ਹਨਾ ਦੁਬਾਰਾ ਪ੍ਰੋਸੈਸ ਹੋਣ ਲਈ ਸੋ ਆਪਾਂ ਜਿਹੜੀ ਆਪਣੀ ਤਿਆਰੀਏ ਤਿਆਰੀ ਨੂੰ ਆਪਾਂ ਜਾਰੀ ਰੱਖੀਏ ਹਨਾ ਆਪਾਂ ਤਿਆਰੀ ਦੇ ਵਿੱਚ ਜੜੀ ਕੋਈ ਢਿੱਲ ਨਾ ਵਰਤੀਏ ਕਿਉਂਕਿ ਹੁਣ ਪਤਾ ਤਾਂ ਹੈ ਹੀ ਏ ਜੀ ਤੁਹਾਨੂੰ ਦੁਬਾਰਾ ਪੇਪਰ ਹੋਵੇਗਾ ਸੋ ਤੁਹਾਨੂੰ ਤਿਆਰੀ ਵੀ ਕਰਨੀ ਪੜੇ ਜਿਹੜੀ ਹੁਣ ਪਉਂਗੀ ਤਿਆਰੀ ਹਨਾ ਸੋ ਕੱਲ ਦੇ ਐਗਜ਼ਾਮ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਜੋ ਜੋ ਤੁਹਾਨੂੰ ਲੱਗਾ ਏ ਗਲਤੀਆਂ ਕੀ ਹੋਈਆਂ ਅਸੀਂ ਉਹਨਾਂ ਨੂੰ ਇੰਪਰੂਵ ਕਰਾਂਗੇ ਤੇ ਜਿਹੜਾ ਆਪਾਂ ਨਵੇਂ ਸਿਰੇ ਤੋਂ ਜਿਹੜਾ ਦੁਬਾਰਾ ਤੋਂ ਆਪਾਂ ਤਿਆਰੀ ਸ਼ੁਰੂ ਕਰਾਂਗੇ ਤੇ ਤੁਸੀਂ ਇਸ ਚੈਨਲ ਤੇ ਜਿਹੜਾ ਵੀ ਤੁਸੀਂ ਬਣੇ ਰਹਿਓ ਜੋ ਇਸ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਸ਼ੇਅਰ ਵੀ ਔਰ ਬੈਲ ਆਈਕਨ ਵੀ ਜਰੂਰ ਪ੍ਰੈਸ ਕਰਿਓ ਤਾਂ ਕਿ ਹੁਣ ਕੋਈ ਵੀ ਜਿਹੜੀ ਨਵੀਂ ਨੋਟੀਫਿਕੇਸ਼ਨ ਆਵੇਗੀ ਤੇ ਉਸ ਤੇ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਸਭ ਤੋਂ ਪਹਿਲਾਂ ਮਿਲੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਇਸ ਦੀ ਤਿਆਰੀ ਕਰਨ ਲਈ ਮੈਥ ਦੀ ਤਿਆਰੀ ਕਰਨ ਲਈ ਸੀਡੀਪੀ ਪੰਜਾਬੀ ਔਰ ਇੰਗਲਿਸ਼ ਇਨੇ ਦੇ ਰਿਗਾਰਡਿੰਗ ਤੁਸੀਂ ਜਿਹੜੀਆਂ ਚੈਨਲ ਦੇ ਵਿੱਚ ਜਾ ਕੇ ਤੁਸੀਂ ਜਿਹੜੀਆਂ ਉਹਦੇ ਵਿੱਚੋਂ ਦੇਖ ਸਕਦੇ ਆ ਪਲੇਲਿਸਟ ਦੇ ਜਾ ਕੇ ਤੁਸੀਂ ਪੰਜਾਬੀ ਇੰਗਲਿਸ਼ ਸੀਡੀਪੀ ਮੈਥ ਦੀ ਜਿਹੜੀਆਂ ਤੁਸੀਂ ਤਿਆਰੀ ਕਰ ਸਕਦੇ ਆ ਤੇ ਆਪਾਂ ਹੁਣ ਅੱਗੇ ਕਿਉਂਕਿ ਆਪਣੇ ਕੋਲ ਹੁਣ ਥੋੜਾ ਹੋਰ ਸਮਾਂ ਮਿਲ ਗਿਆ ਹੈ ਤੇ ਆਪਾਂ ਇਹਦੇ ਵਿੱਚ ਹੁਣ ਹੋਰ ਵਧੀਆ ਤਿਆਰੀ ਕਰਾਂਗੇ ਸੋ ਤੁਹਾਡੇ ਸਾਰਿਆਂ ਦਾ ਇੱਕ ਵਾਰ ਧੰਨਵਾਦ ਸਤਿ ਸ਼੍ਰੀ ਅਕਾਲ